وآل محمد وعجل فرجا قائم آلِ اللهم صل على محمد وعجل فرجا بس ہی وسیم تم تھوڑا اونچا کر واہ ذکر والے تورا ٹورا قبول فرماوے صدا تے عزام دیے صحیح محنت مخدوم کونین قبول فرمائے ان گھر دے مرحومین بالخصوص اما دے اہل بیت سید محسن نقوی شہید مالک اپنے قدمے وچ جگہ عطا فرمائے اور ظفر سنگھ اس گھر کے بزرگوں کا سایہ انہوں سے میرا مالک قائم دائم فرمائے حکیم سنگھ کا حکم ہے اور پر شیر زیارت ہو گئی ہے حضور کا دیدار ہو گئے والا سنگھ کو ہم بڑی امانت رکھے اور سفر ختم فرمائے جو چراغ ایک بڑے گھر کا بڑے جیت گھر کا جیت چراغ سید گھر کا سید چراغ میرا مولا محافظت فرمائے اور حاسدین دے شرط محفوظ بہت بڑی آمین دی تکلیف دیساں میرا مالک مجلس آزادی عزت دے رسول اللہ دعا ہے کہ غزہ و فلسطین دے مسلمانہ دی محافظت فرما اور کسے مومن مومنہ آزادار ماتمی مرد مستور سادات گئے سادات وچوں کسے نوں اس وقت تک موت نہ آئے جب تک بہن بھرا دے روزے دے زوار پہلے کٹھا نے ول لٹا نے کٹھا براما کو نے لٹا بھینی کو کیڑا وڈا نواب ہو سی جن دی دھی دا داج لٹن تے 9 لاکھ دی فوج دے 6 گھنٹے لگ گئے آباد رہے آباد مجلس امام حسین علیہ السلام دے وچ آئے ہویا آنسو تا خوش نصیب آکھے جے دے کول ہنجے صحیح میرے دیکھا ہے خیانت بھری دنیا ہے چگر امانت جناب زہرا تیری آنکھ چے بھئی کش چے اور بندہ ہمیشہ امام حسین دے غم وچ بے باک ہو کے زہری میرے مولا نو آکھا مولا میرا پتر جوان تھی گئے میرے دل میں کچھ سیرے پا ہر مرید دا دل کردا ہے میرا پیر خوشیاں تے میرے نال شریک ہو بولو میں جو تیرا نوکر ہاں میرا دل بسیرا بندی جدر ہوئے تو تو سائیں ہوو اے علاقہ نہ سمجھے تا کون سمجھے جگر تے ہاتھ رکھ کے اکبر دا براد ہے میں سیرا ڈٹھا میں مر ویسا میں کئی سہرے آلے واندے دریا پہ رشولہ بابا ماتم دی صدا آ گئی ہے میں آنکھیں ہی نہیں آزادار ماتم اس کا جڑ گئے بسم اللہ صحیح بسم اللہ صحیح بسم اللہ مولا دل جی با میں نوکر کرا نوکر آزاد میرے مولا فرمایا میں سہرے ڈٹھے میں مر ویسے
ਹੁਣ ਜਿਗਰ 'ਚ ਤਾਕਤ ਨਹੀਂ ਤਾਂ ਮੈਂ ਸਿਹਰੇ ਦੇਖਾਂ। ਉਹਦਾ ਗਮਾਲਾ ਕੋਈ ਤਰੀਕਾ ਵੀ ਤੁਸਾਂ ਮੇਰੇ ਘਰ ਆਓ, ਮੇਰੇ ਮੌਲਾ ਫਰਮਾਇਆ ਮੇਰੇ ਬਾਬੇ ਮਜ਼ਲੂਮ ਦੀ ਮਜਲਿਸ ਕਰ, ਤੌੜ ਤੱਕ ਅਜ਼ਾਦਾਰ ਨਾਲ ਗੱਲ ਹੈ। ਉਸਾਂ ਤਾਂ ਮੌਲਾ ਮਜਲਿਸ ਕਰਵੇ ਨਾ, ਇਮਾਮੇ ਬਾਕਰ ਭਜਦੇ ਆਏ ਅਤੇ ਆਪਣੇ ਬਾਬਾ ਦਾ ਹੱਥ ਨਾਪ ਕੇ ਪਿਆ ਦੇਣ, ਵੱਡੀ ਫੁੱਫੀ ਪਈ ਆਦੀ ਆਈ ਬਾ ਮੋਮਿਨ ਕੁਆ ਕਨਾਤ ਲਾਵੇ ਮਜਲਿਸ ਹੋਸੀ ਤਾਂ ਮਜਲਿਸ ਵਾਲੇ ਦੀ ਭੈਣ ਵੀ, ਉਹ ਭੈਣ ਵੀ ਆ ਸੀ ਜਿਹੜੀ 70 ਕਦਮ ਤੇ ਕੁਰਾਨ ਚਾਹ ਕੇ ਰਲਾ ਰਹੀ ਹੈ, ਹਰ ਬੰਦਾ ਸ਼ਾਮਿਲ ਹੋ ਰਿਹਾ ਮਜਲਿਸ ਵਿੱਚ। ਔਰ ਮੇਰੇ ਮੌਲਾ ਤਸ਼ਰੀਫ ਲੈ ਗਏ, ਖੁਦਾ ਹਾਏ ਕਰਨ ਵਾਲਿਆਂ ਨੂੰ ਚਾਹ ਦਿਖਾਵੇ ਜਿੱਥੇ ਅਲੀ ਦੀਆਂ ਧੀਆਂ ਰੁਲੀਆਂ, ਮੇਰੇ ਮੌਲਾ ਤਸ਼ਰੀਫ ਲੈ ਗਏ ਔਰ ਮਜਮੇ ਦੇ ਵਸਤ 'ਚ ਬੈਠੇ ਦਰਮਿਆਨ। ਇਹ ਜ਼ਾਕਿਰ ਹੁਸੈਨ ਦਾ ਮਕਾਮ ਹੈ, ਜ਼ਾਕਿਰ ਮੈਂਬਰ 'ਤੇ ਆਈ, ਮੈਂਬਰ ਦਾ ਵਾਰਿਸ ਮਿੱਟੀ 'ਤੇ ਬੈਠਾ, ਰੋਂਦਾ ਖੜਾ ਆਈ ਮਜ਼ਲੂਮ ਬਾਬੇ। ਹੁਣ ਪੜ੍ਹ ਰਿਹਾ ਹੈ, ਜ਼ਿਕਰ ਕਰ ਰਿਹਾ ਹੈ ਸ਼ਾਇਰੀ ਦੇ ਰੰਗ 'ਚ, ਅਚਾਨਕ ਅੱਧ ਮਜਲਿਸ 'ਚ ਗਿਰੀਏ ਦਾ ਦੌਰਾ। ਇੱਕ ਤਾਂ ਮੇਰੇ ਮੌਲਾ ਸੱਜਾਦ ਨਾ ਫੌਰਨ ਬੈਠ ਸਕਦੇ ਹਨ, ਸਾਹਿਬਾਂ ਨੇ ਮੈਂਬਰ ਸਮਝਣ ਜੋ ਮੈਂ ਕਿਹਾ, ਨਾ ਮੇਰੇ ਮੌਲਾ ਸੱਜਾਦ ਉਜਲਤ ਨਾਲ ਉੱਠ ਸਕਦੇ ਆ। ਸ਼ਾਮ ਇਤਨਾ ਨਹੀਫ ਕਰ ਛੋੜਿਆ ਬਾਕਰ ਦਾ ਕਿ ਮੇਰੇ ਮੌਲਾ ਕਈ ਕਈ ਸਹਾਰਿਆਂ ਨਾਲ ਬੈਠਣਾ ਫਿਰ ਉੱਠਣਾ ਤੋ ਬੜਾ ਔਖਾ, ਆਖਰ ਕੋਈ ਐਸਾ ਅਮਰ ਹਾਈ ਬਈ ਇਮਾਮੇ ਵਕਤ ਨੂੰ ਉੱਠਣਾ ਪਿਆ। ਹੁਣ ਦੌਰਾਨ ਮਜਲਿਸ ਦੌਰਾਨ ਮਸਾਹਿਬ ਅੱਧੇ 'ਚੋਂ ਮੇਰੇ ਮੌਲਾ ਉੱਠ ਪਏ, ਮੋਮਨੀਨ ਦੇ ਮੁੰਡੇ 'ਤੇ ਸਰ 'ਤੇ ਹੱਥ ਰੱਖ ਕੇ ਇੱਕ ਹੱਥ ਕਮਰ 'ਤੇ ਮੇਰਾ ਮੌਲਾ ਉੱਠ ਹੀ ਕਰ ਸੱਜਾ ਹੱਥ ਇਮਾਮ ਇੱਕ ਵਾਰੀ ਮਜਲਿਸ ਰਹੋ। ਉਸ ਮੌਲਾ ਗਲਤ ਪੜ੍ਹੇ, ਮੈਂ ਕਿਹਾ ਗਲਤ ਨਹੀਂ ਆ ਪੜ੍ਹਿਆ, ਬਾਨੀ ਹੈ ਮਜਲਿਸ। ਉਸ ਜੀ ਸਾਈਂ ਮੇਰੇ ਮੌਲਾ ਫਰਮਾਇਆ ਚਰਾਗ ਬੁਝਾ, ਗੁਲ ਕਰ ਚਰਾਗ। ਸਗ ਮੌਲਾ ਮੈਂ ਕਰ ਦੇਣਾ ਮਗਰ ਮੈਂ ਮਸਲਿਹਤ ਪੁੱਛ ਸਕਦਾ। ਇਮਾਮ ਰੋ ਕੇ ਫਰਮਾਇਆ ਕਈ ਮੋਮਿਨ ਮੇਰੀ ਫੁੱਫੀ ਦੀ ਚਾਦਰ ਨੂੰ ਸ਼ਰਮਾ ਕੇ ਹਾਇ ਹਾਇ ਚਰਾ ਬੁਝਾਏ ਉਵੇਂ ਰੋਵੇਂ ਜਿਵੇਂ 11 ਦੀ ਰਾਤ ਸਾਰੀ ਜੁਮੇਟ ਪੜਦੇ ਦਾ ਭਲਾ ਬੁਲੰਦ ਹਾਇ ਕਰਨ ਵਾਲੇ ਜਿੱਬੇ ਦੀ ਗੇੜ ਨਾਲ ਵਾਇ ਕਰਾਉਂਦੇ ਆਬਾਦ ਰਹੋ। ਕਿਉਂਕਿ ਅਜ਼ਾਈ ਸਿਲਸਿਲਾ ਇਸ ਘਰ ਦਾ ਉੱਥੇ ਜ਼ਬਾਨ ਜ਼ਦੇ ਆਮ ਹੈ, ਕੋਈ ਦੱਸਣ ਦੀ ਗੱਲ ਹੀ ਨਹੀਂ ਭਾਈ। ਇਮਾਮ ਹੁਸੈਨ ਅਲੈਹਿ ਸਲਾਮ ਦਾ ਇਸ ਘਰ 'ਤੇ ਕਿਤਨਾ ਕਰਮ ਹੈ, ਕਰਮ ਹਾਈ ਕਰਮ ਹੈ ਔਰ ਇਨਸ਼ਾਅੱਲਾ ਕਰਮ ਜਾਰੀ ਰਹਾ ਸੀ। ਤੋ ਮੈਂ ਹਰ ਇਲਾਕੇ ਦਾ ਬੰਦਾ ਜਿੱਥੇ ਜਿੱਥੇ ਸਾਈਂ ਦੀ ਅਜ਼ਾਈ ਸਿਲਸਿਲੇ ਹਨ, ਮੁਹੱਬਤ ਹਨ, ਉਹ ਸਾਹਮਣੇ ਨਜ਼ਰ ਆ ਰਹੇ ਨੇ ਇਸ ਮਜਮੇ 'ਚ, ਮੌਲਾ ਇਸ ਤਾਂ ਕਾਇਮ ਰੱਖੇ। ਔਰ ਬਿਲਕੁਲ ਮੇਜ਼ਬਾਨ ਵਾਲੀ ਹੈਸੀਅਤ ਹੁਕਮ ਆਈ ਤਾਂ ਅਸਾਂ ਹਾਜ਼ਰ ਹੋ ਗਏ ਔਰ ਬੈਠੇ ਵੀ ਰਹੇ ਹਾਂ। ਆਜ਼ਾਦਾਰੋ ਚਰਾਗ ਬੰਦ ਹੋ ਗਏ ਔਰ ਬੜਾ ਮਕਾਮ ਹੈ ਆਜ਼ਾਦਾਰ ਇਮਾਮੇ ਹੁਸੈਨ ਦਾ। ਜਦੋਂ ਮਜਲਿਸ ਚਰਾਗ ਖਤਮ ਹੋਈ, ਮਜਲਿਸ ਚਰਾਗ ਫਿਰ ਰੋਸ਼ਨ ਹੋਏ ਤਾਂ ਇਮਾਮ ਆਪਣੀ ਜਗ੍ਹਾ 'ਤੇ ਮੌਜੂਦ ਕੋਈ ਨਾ। ਸਾਰਿਆਂ ਸੋਚਿਆ ਮੌਲਾ ਕਿਤੇ ਗਏ, ਤਾਂ ਮਜਲਿਸ ਦਾ ਜਿਹੜਾ ਦਾਖਲੀ ਦਰਵਾਜ਼ਾ ਉੱਥੇ ਸ਼ਾਮ ਦਾ ਕੈਦੀ ਇੰਝ ਕਰਕੇ ਮੌਲਾ ਹੁਣ ਮੈਂ ਪੁੱਛ ਸਕਦਾ ਤਨਹਾ ਬਾਨੀ ਮਜਲਿਸ ਮੌਲਾ ਹੱਥ ਬਣੇ ਮੌਲਾ ਹੁਣ ਸੁਣਨ ਵਾਲਾ ਹੋਰ ਕੋਈ ਨਹੀਂ, ਕੋਈ ਬੇਈ ਵਜ੍ਹਾ ਹੈ ਜੋ ਚਰਾਗ ਬੁਝਾਇਆ ਆਈ। ਇਮਾਮ ਰੋ ਕੇ ਫਰਮਾਇਆ ਤੂੰ ਕਿਆ ਜਾਣਦਾ ਹੈ, ਮਜਲਿਸ ਹਲੇ ਦੀ ਮਾਂ ਵੀ ਆਈ ਹੋਈ ਆ, ਸ਼ਾਮ ਦੀ ਰੁੱਲੀ ਹੋਈ ਧੀ ਵੀ ਆਈ ਹੋਈ ਆ, ਤੇ ਮੌਲਾ ਇੱਥੇ ਕਿਉਂ ਆ ਖੜੇ ਹੋ। ਮੇਰੇ ਮੌਲਾ ਫਰਮਾਇਆ ਜੋਕ ਦਰ ਜੋਕ ਨਹੀਂ, ਫਰਦਨ ਫਰਦਨ ਇਹਨਾਂ ਆਜ਼ਾਦਾਰਾਂ ਨੂੰ ਆਖ ਇੱਥੋਂ ਮੇਰੇ ਅੱਗੋਂ ਗੁਜ਼ਰੇ ਦਰਵਾਜ਼ੇ। ਹੁਣ ਹਰ ਆਜ਼ਾਦਾਰ ਮੇਰੇ ਮੌਲਾ ਦੇ ਸਾਹਮਣੇ ਗੁਜ਼ਰ ਰਿਹਾ, ਬੜਾ ਔਖਾ ਹੋ ਕੇ ਹੈ ਖਾਦੀ ਵਾਰ 'ਤੇ ਰੱਖ ਕੇ ਦੂਜਾ ਹੱਥ ਮੱਥੇ 'ਤੇ ਰੱਖ ਕੇ ਸ਼ਾਮ ਦਾ ਕਹਿੰਦੀ ਪਿਆਦਾ ਮੈਂ ਸ਼ੁਕਰੀਆ ਅਦਾ ਕਰਦਾ। ਤੁਸੀਂ ਉਹਨੂੰ ਰੁਨੇ ਹੋ ਜਿਹਨੂੰ ਬਹਿਣਾ ਨਹੀਂ ਰੋ ਸਕਦਾ। ਮੈਂ ਮਜ਼ਲੂਮ ਲੱਖ ਵਾਰੀ ਬਾਬਾ ਕਦੀ ਨਾ ਰੋਵੇ ਇਸ ਗਮ ਦੇ ਸਿਵਾ। ਹਮੇਸ਼ਾ ਹਰ ਇਮਾਮ ਫਰਮਾਇਆ ਗਿਰੀਏ ਦੇ ਬਾਰੇ ਇੱਕ ਹਦੀਸ ਤੋਂ ਹਿਲਾ ਗਈ ਜਿਗਰ ਨਿਕੁੱਲ ਸ਼ਾਇਨ ਸਵਾਬ ਉਹਨੇ ਲਦਮਾ ਤੋਫੀਨਾ, ਕਿ ਹਰ ਚੀਜ਼ ਦੇ ਸਵਾਬ ਦੀ ਕੋਈ ਹੱਦ ਹੈ ਮਗਰ ਜ਼ਿਕਰ ਮਜ਼ਲੂਮ ਅਤੇ ਰੋਵਣ ਦੇ ਸਵਾਬ ਦੀ ਕੋਈ ਹੱਦ ਹੀ ਕੋਈ ਹੱਦ ਨਹੀਂ ਹੈ ਸਵਾਬ ਦੀ ਜਿਹੜਾ ਮਜ਼ਲੂਮ ਦੇ ਜ਼ਿਕਰ 'ਚ ਆਇਆ। ਹਰ ਸ਼ਹਿਰ ਚਲੀ ਦੀ ਧੀ ਇੱਕ ਦਫਾ ਗਈ, ਕੂਫੇ ਦੋ ਦਫਾ, ਪਹਿਲੀ ਵਾਰੀ ਆਈ ਤਾਂ ਬਾਬੇ ਦੀ ਸ਼ਾਹੀ,
दूजी बारी आई तो उजड़ के आई थी। कदम मेरी मखदूमा दा बाजार आया, हर किसी आख्या मारो मारो इन नमा दी तफसीर नंगे सार बाजार। उन बीबिया किमें मारिया उसी जिन्हों के हाथ भी बधे हो जिन्हों के छुड़ाने वाला भी कोई ना आई। अजादारो इसे मारो मारो विच मेरी मखदूमा दे करना ते एक आवाज पई, अस्सलामु अलैके या बिन्त नबी अल्लाह। अच्छा कदम अगला नस चाया तो दूसरा आवाज आया, अस्सलामु अलैके या बिन्त अमीर अल मोमिनीन। बड़ा रुनी थी अली थी। मेरी मखदूमा फरमाया अम्मा फिजा ते देख कौन है जेको पता है मैं कौन हूं, जरा जानता है मैं कौन हूं। फिजा डिटा ते आदि है मैं जे लफ्जा च दसिया ना आलिया ते मैं इत्थे मौके ते मर जा, मेरी जबान च नहीं है हिम्मत मैं तेन तारुफ करवा कौन है। आप जरा परदा हटा ते वेख सदर दरवाजा तेन सलाम किस कीता है, है को भैनी आला जड़ा हाय नाल हाय रलावे। आलिया दी है मैं डिठा ते मुस्लिम दा सर दरवाजे मातम सोना लगता है दादारो, मातम सोना लगता है। खुदा सेहत देवे हाजी नासर अब्बास नूं, उपड़दे उहदे जनाब मुस्लिम दे कप्पे होए सारे चो आवाज आई है सज्जाद क्यों घिन्ना है ज़ैनब बाजार दे, मैं को दस तू दीन दा हादी मुक नसल वेंदी असा सैदा दी। ए बीबी बायर मैं एक जुमला अच्छा रुक के आता एक सतर में इतने आता। पहला खुतबा मेरी मखदूमा कूफे दे बाजार पड़े और इसे खुतबे विच मेरी मखदूमा कूफे लेन बद्दुआ की थी। हुण तो मक्तल ढेर सारा उर्दू च हो गया है, हर घर कम अज कम मक्तल होना चाहिए। खुतबे दे लफाजी पता लगे भाई अली दी कि मैं बाबे दी विलायत बचाई। लाशा कोल ता एक बचे आई अबुल हारिस करबला, मैं बाल नहीं जो मैं गल पिछे लै गया गल कूफे दी है तो मैं करन लगा। हूँ वो चक्कर ला रहे हैं हाय पीर लमदार हुसैन शाह शोर कोटले दी कबर मुनवर बावरी पढ़ते हैं हुसैन द पाले हो जे आई ते अबुल हारिस हुसैन की लाश का चक्कर लाँदा है मिट्टी पटदा है सहराज गाजा मारदा है ते रो के आता है अकबर दा बाबा तेरी इज्जत की कसम है तेरी धी उसले सरे है जदा ज़ैनब रस्सियां पाई खड़ी है। अल्लाह दा पहले सदा हो गया न तेरी धीया शाम दा आबाद रहो हाय करण वाले आबाद रहे। बिल्कुल मैं एक इन दे मिजाज की सतर आखन लगा, बिल्कुल डेरे दे मिजाज की सतर आखन लगा। हूँ बार बार पे आता है अली अकबर दा बाबा कोई अमर कोई अमर कोई हुक्म। भैन खुतबा शुरू किया ते तड़पी बेरा दी लाश अबुल हारिस उठिया मौला कोई अमर है कप्पे गल त्यो आवाज आया अबुल हारिस मेरी भैन कूफे दे सदर बाजार च खुतबा पई पढ़दी सफर तेरा मैं मुखे ना जा बाजार ते पुछ ते बेरा पे आ दई जे थक पई होवे ता शेर लड़ा देवा शामिल होई मजलिस च जेड़ा जेड़ा अजन शामिल नहीं होया शामिल होना मजलिस च थक पई होवे तो शेर लड़ावा ते जे मेरी भैन आखी ना लड़ पो तो लड़ पो। मैं सफर हुसैन मुकाया बाजार आया बंदे हट गए खड़ी रही आलमा गैरे मुअल्लमा सिर झुका के पे आदा फिरा पे पुछ दई थक पई होवे तो शेर लड़ावा। इतना तड़पी के रस्सियां त्रुटियां ते आदि ना कदमा ते वल जुल ते हुसैन को आग भैन पई आदि आई तू करबला मेरा शेर लड़ाया। मेहनत कबूल फरमाए खुदा तो रसाया सलामत रखे सेहत नाल वसदे रहो हमेशा। लखवरी बाबा तू मेरा शेर लड़ाया अंस मकसद आई हाय गिरिया मकसद आई ओ आ गया मैं दो वाणो नेड़े तो करा और मैं मेंबर हवाले करा
ਅਜ਼ਾਦਾਰੋ ਇੱਥੇ ਮੈਂ ਤੁਹਾਡਾ ਇੱਕ ਦਫ਼ਾ ਗਿਰੀਆ ਰੋਕਣਾ, ਇੱਕ ਸਵਾਲ ਕਰਦਾ ਹਾਂ ਇੰਡੀਵਿਜੁਅਲੀ, ਫਰਦਨ ਫਰਦਨ ਹਰ ਬੰਦਾ ਸਮਝੇ ਬਫਰੁਖ ਮੇਰੇ ਨਾਲ ਗੱਲ ਕੀਤੀ। ਤੁਸੀਂ ਸਾਹਿਬਾਨ ਨੇ ਮੈਂਬਰ ਤੋਂ ਲੈ ਕੇ ਉਹ ਆਖਰੀ ਖੜੇ ਅਜ਼ਾਦਾਰ ਤੱਕ ਇੱਡਾ ਜੇ ਰਸ਼ੇ, ਆਪਣੇ ਆਪਣੇ ਬਚਪਨ 'ਚ ਜਾਓ, ਆਪਣੇ ਆਪਣੇ ਉਹ ਮੁਅੱਲਮੀਨ ਯਾਦ ਕਰੋ ਜਿਹਨਾਂ ਤੁਹਾਨੂੰ ਕੁਰਾਨ ਪੜ੍ਹਾਇਆ, ਜਿਹਨਾਂ ਤੁਹਾਨੂੰ ਨਮਾਜ਼ ਸਿਖਾਈ। ਅਗਰ ਉਹ ਜੀਂਦੇ ਨੇ ਤਾਂ ਉਹਨਾਂ ਦਾ ਅਦਬ ਹੈ, ਇਹਤਰਾਮ ਹੈ, ਹਯਾ ਹੈ, ਉਹਨਾਂ ਨੂੰ ਝੁੱਕ ਕੇ ਮਿਲਦੇ ਹੋ ਔਰ ਮਿਲਣਾ ਚਾਹੀਦਾ। ਔਰ ਅਗਰ ਚਲੇ ਗਏ ਤਾਂ ਕਬਰਾਂ ਦਾ ਵੀ ਹਯਾ ਹੈ, ਔਲਾਦ ਦਾ ਵੀ ਹਯਾ ਹੈ, ਬਸ ਇਹਨਾਂ ਕੁਰਾਨ ਪੜ੍ਹਾਇਆ ਹੈ। ਇਹਦਾ ਮਤਲਬ ਹੈ ਅਕੀਲ ਸਿੰਘ ਜਿਹੜਾ ਕੁਰਾਨ ਪੜ੍ਹਾਵੇ ਉਹਦਾ ਤਾਂ ਹਯਾ ਕਰੀਦਾ। ਲਾ ਇਲਾਹ ਇਲੱਲਾ ਮੁਹੰਮਦ ਰਸੂਲੁੱਲਾ ਅਲੀਯੁਨ ਵਲੀਉੱਲਾ। ਡੇਰੇ ਵਾਲਿਆ, ਕੂਫੇ ਦੀ ਕੋਈ ਗੱਲ ਐਸੀ ਨਹੀਂ ਜਿਹਦੀ ਨੁੱਕਰ ਤੇ ਖਲੋ ਕੇ ਆਉਣ ਦੀ ਮਾਂ ਇੰਜ ਕਰਕੇ ਨਾ ਆਖਿਆ ਹੋਵੇ ਤੂੰ ਨਾ ਮਾਰ ਤੇ ਕੋ ਕੁਰਾਨ ਪੜ੍ਹਾਇਆ। ਕਰੋ ਕਰੋ ਹਾਏ ਕਰੋ, ਹਰ ਬੰਦਾ ਹਾਏ ਵਿੱਚ ਸ਼ਾਮਿਲ ਹੋ ਗਿਆ। ਜਦੋਂ ਮੈਂ ਵਸਦੀ ਆ ਉਸ ਤੋਂ ਮੇਰੇ ਵਿਹੜੇ ਬੁਹਾਰੀ ਪੈਂਦੀ। ਲੱਖ ਵਾਰੀ ਬਾਬਾ ਕਦੀ ਨਾ ਰੋਵੋ ਅਜ਼ਾਦਾਰੋ, ਕਦੀ ਨਾ ਰੋਵੋ ਇਸਲਾਮ ਦੇ ਸਿਵਾ। ਇੱਕ ਗਲੀ ਵਿੱਚ ਮੇਰੀ ਮਖਦੂਮਾ ਦਾ ਉੱਠ ਦਾਖਲ ਹੋਇਆ, ਸਬਤੈਨ ਜਿਵੇਂ ਐਲਾਨ ਹੋਇਆ ਮਾਰੋ ਮਾਰੋ ਇਹਨਾਂ ਦਾ ਕੋਈ ਨਹੀਂ ਰਹਿ ਗਿਆ। ਬਦਰ ਦਾ ਬਦਲਾ, ਉਹ ਦਾ ਬਦਲਾ, ਜਿਸ ਲੈਣ ਮਾਰੋ। ਅੱਬਾਸ ਦੀਆਂ ਭੈਣਾਂ ਬਾਜ਼ਾਰ ਆ ਪੜ੍ਹਨਾ ਬਾਜ਼ਾਰ, ਅਜ਼ਾਦਾਰਾਂ ਦੇ ਸਾਹਮਣੇ ਸ਼ੋਰ ਉੱਠਿਆ ਨਾ ਤੇ ਮਖਦੂਮਾ ਬਿਨ ਪਲਾਣੇ ਉੱਠਦੇ ਆ। ਉੱਠ ਤੇ ਕਿਸੇ ਮਸਤੂਰ ਵਾਸਤੇ ਬੜੀ ਨਾਮੁਨਾਸਿਬ ਸਵਾਰੀ, ਉੱਤੋਂ ਦੀ ਅਲੀ ਦੀ ਪਲਾਣ ਵੀ ਕੋਈ ਨਹੀਂ, ਨਾਲ ਬੱਚੇ ਵੀ ਸੰਭਾਲੇ ਹੋਏ, ਹੱਥ ਵੀ ਇੱਥੇ ਬੱਧੇ ਹੋਏ, ਵਾਲ ਖੁੱਲ੍ਹੇ ਹੋਏ, ਹਰ ਕੋਈ ਮਾਰ ਰਿਹਾ ਹੈ। ਉੱਠ ਮੇਰੀ ਮਖਦੂਮਾ ਦਾ ਦਾਖਲ ਹੋਇਆ ਤੇ ਸ਼ੋਰ ਉੱਠਿਆ ਗਲੀ ਵਿੱਚ, ਮਾਰੋ 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 ਮਾਰ, ਇਤਨਾ ਸ਼ੋਰ ਕਿ ਇੱਕ ਬੱਚਾ ਉਸੀ ਗਲੀ ਦਾ ਰਿਹਾਇਸ਼ੀ ਦਸਤਰਖਾਨ ਤੋਂ ਰੋਟੀ ਛੋੜ ਕੇ ਦੌੜ ਕੇ ਘਰ ਦੀ ਛੱਤ ਆ। ਹੁਣ ਉਸ ਬਨੇਰਿਓਂ ਖਲੋ ਕੇ ਵੇਖਿਆ ਬ ਅੱਗੋਂ ਅੱਗੋਂ ਸਾਰੇ ਅਗਲਾ ਸਰ ਕੁਰਾਨ ਪੜ੍ਹਦਾ, ਪਿੱਛੇ ਪਿੱਛੇ ਇੱਕ ਕੈਦੀ ਹੈ ਜਿਹੜਾ ਰਤ ਰੋਂਦਾ। ਕੈਦੀ ਦੀ ਕੰਢ ਨਾਲ ਮਹਾਰ ਬੱਧੀ ਹੋਈ ਹੈ ਤੇ ਜਿਸ ਉੱਠ ਦੀ ਮਹਾਰ ਹੈ ਉਸ 'ਤੇ ਇੱਕ ਬੀਬੀ ਬੈਠੀ ਹੈ ਜਿਹਦੇ ਵਾਲ ਖੁੱਲ੍ਹੇ ਹੋਏ। ਮੈਂ ਇਹ ਹੱਥ ਬੰਨ ਕੇ ਮਾਫ਼ੀ ਪਿਆ ਮੰਗਦਾ ਇਸ ਗੱਲ ਦੀ ਜੇ ਦਿਲ ਦੁੱਖ ਜਾਏ ਤਾਂ। ਬੱਚਾ ਦਾ ਜਿੱਥੋਂ ਵਾਲ ਮੁੱਕਦੇ ਹਨ ਅੱਗੋਂ ਖੂਨ ਸ਼ੁਰੂ ਹੋ ਜਾਂਦਾ। ਥੋੜ੍ਹੇ ਸਮਝਣ ਜਿਹਨਾਂ ਦੀ ਹਾਏ ਨਿਕਲ ਆ ਜੇ, ਜਿੱਥੋਂ ਵਾਲ ਮੁੱਕਦੇ ਹਨ ਸੋਹਣਾ ਉੱਥੋਂ ਖੂਨ ਸ਼ੁਰੂ ਹੋਵੇ ਦਾ। ਇਤਨੀ ਜ਼ਖਮੀ ਦੀ ਹਰ ਕੋਈ ਪਿਆ ਮਾਰੇ, ਹਰ ਕੋਈ ਪਿਆ ਮਾਰੇ, ਕੋਈ ਪਿਆ ਆ ਕੇ ਅਗਲੇ ਉੱਠ ਤੇ ਬੈਠੀ ਹੈ ਜਿਹੜੀ ਪਿਓ ਨਾਲ ਲੜਾਈ ਬੋਲਦੀ। ਅਜ਼ਾਦਾਰੋ ਬੱਚਾ ਸਹਿਮ ਰਿਹਾ, ਵੇਖ ਰਿਹਾ, ਡਰ ਰਿਹਾ ਹੈ ਬੰਦੇ ਨਾਲ ਲੜਾਸੀਆਂ ਨੂੰ ਕਿਉਂ ਮਾਰ ਰਿਹਾ। ਇੱਕ ਵਾਰੀ ਵੇਲਾ, ਇੱਕ ਵਾਰੀ ਖੁਦਾ ਰਾਮ ਮੈਨੂੰ ਵੇਖਣਾ ਵੇਲਾ, ਇਹ ਛੱਤ 'ਤੇ ਬੱਚਾ ਅਤੇ ਮਖਦੂਮਾ ਦਾ ਉੱਠ ਟੁਰਦਾ ਟੁਰਦਾ ਇਹ ਛੱਤ ਦੇ ਸਾਹਮਣੇ ਅਤੇ ਮੇਰੀ ਮਖਦੂਮਾ ਦੀ ਇੰਝ ਨਜ਼ਰ ਪੈ ਗਈ। ਇੰਝ ਬੱਚੇ ਇੱਥੇ ਹੱਥ ਬੱਧਿਓ ਹਨ, ਚਿਹਰਾ ਮੁਕੱਦਸ ਅਤੇ ਵਾਲ ਹੈ ਅਤੇ ਵਾਲਾਂ ਵਿੱਚੋਂ ਨਜ਼ਰ ਪੈ ਗਈ ਛੱਤ 'ਤੇ ਖੜ੍ਹੇ ਬੱਚੇ 'ਤੇ। ਉਹ ਨਜ਼ਰ ਜੋ ਪਈ ਮੇਰੀ ਮਖਦੂਮਾ ਦੀ ਅਤੇ ਮੇਰੀ ਸੈਣ ਦੋਵੇਂ ਹੱਥ ਕਰਨ ਤੋਂ ਉਹ ਖਿਚਾਏ। ਮੇਰੀ ਸੈਣ ਫਰਮਾਇਆ, ਸੱਜਾਦ ਰੋਕ ਕਾਫਲਾ, ਮੇਰਾ ਪੁੱਤਰ ਰੋਕ ਕਾਫਲਾ, ਰੋਕ ਉੱਠ ਰੋਕ ਉੱਠ। ਅੰਮਾ ਖੈਰ ਹੈ, ਮੇਰਾ ਬੱਚਾ ਇੰਝ ਲੱਗਦਾ ਜਿਵੇਂ ਮੇਰਾ ਓਨ ਖੜਾ, ਜਿਵੇਂ ਮੇਰਾ ਮੁਹੰਮਦ ਖੜਾ, ਇੰਝ ਲੱਗਦਾ ਜਿਵੇਂ ਮੇਰਾ ਕਾਸਿਮ ਖੜਾ। ਉਹ ਜਿਵੇਂ ਇਹ ਬੱਚਾ ਮੈਨੂੰ ਆਪਣਾ ਆਪਣਾ ਲੱਗਦਾ ਹੈ, ਮੇਰੇ ਦਿਲ ਚੋਂ ਸਦਾ ਰਹੀਏ ਮੇਰਾ ਕੋਈ ਆਪਣਾ ਹੈ। ਮਲੰਗ ਸਿੰਘ ਬਾਣਾ ਬਾਣਾ ਜਲਦੀ ਬਾਣਾ, ਮੇਰੇ ਦਿਲ ਚੋਂ ਸਦਾ ਰਹੀਏ ਮੇਰਾ ਕੋਈ ਆਪਣਾ ਹੈ। ਮੈਂ ਇੰਝ ਪਿਆ ਕਰਦਾ ਅਜ਼ਾਦਾਰਾ ਜਦੀ ਹਾਏ ਨਿਕਲੇ ਇਸ ਗੱਲ 'ਤੇ ਇਨਸ਼ਾਅੱਲਾ ਸ਼ਾਮ ਜਾ ਵੇਖੇ, ਬੜਾ ਔਖਾ ਜੁਮਲਾ ਦੇਣ ਲੱਗਾ। ਮੇਰੇ ਮੌਲਾ ਨੇ ਇੰਝ ਵੇਖਿਆ, ਮਹਾਰ ਛੁੱਟ ਗਈ, ਰਾਤ ਵੱਧ ਪਈ, ਬਾਕਰ ਦਾ ਪਿਓ ਦੀਵਾਰ ਨਾਲ ਮੱਥਾ ਮਾਰ ਕੇ ਆਦਾ, ਗਾਜ਼ੀ ਦੀ ਭੈਣ ਰੁੱਲ ਜੋ ਗਈ ਹੈ, ਚਾਚੇ ਹਬੀਬ ਦਾ ਘਰ ਆ ਗਿਆ। ਮਰਹਬਾ 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 ਮਰਹਬਾ, ਜਦੇ ਹੱਥ ਦੀਆਂ ਲੱਗੀ ਰਾਜ ਹੈ ਮਾਤਮ ਹਸੀਨ ਤੇ ਹੱਥ ਰੱਖੇ ਅਜ਼ਾਦਾਰੋ, ਹਬੀਬ ਇਬਨ ਮਜ਼ਾਹਿਰ ਦਾ ਘਰ ਆ। ਮੇਰੀ ਸੈਣ ਫਰਮਾਇਆ, ਬੱਚਾ ਕੌਣ ਹੈ? ਅਮਾ ਚਾਚੇ ਹਬੀਬ ਦਾ ਪੁੱਤਰ ਹੈ, ਨਾ ਕਾਸਿਮ ਹੈ। ਮੇਰੀ ਸੈਣ ਫਰਮਾਇਆ, ਹੁਣ ਮੈਂ ਦੱਸ ਹਬੀਬ ਦਾ ਸਰ ਕਿੱਥੇ? ਏ ਅੰਮਾ, ਉਹ ਚੌਥਾ ਸਰ ਹਬੀਬ ਦਾ ਹੈ। ਕੋਈ ਵਹਿਣ ਕੀਤਾ ਅਲੀ ਦੀ ਥੀ,
कोई दुख दसिया अली दीदी ये तो रोण का नहीं है मर जान का समान है तेरा जिगर हलसी तो हाय कर से ज्यादा तो ज्यादा मातम कर से कूफे दे ऐवान अली दीदी दे इस वैन नल हल गए मेरी सैन बदे हुए हाथ हबीब दे सारा ले मुंह करके पैया दिए वीर हबीब मेरी गुरबत देख मैं ज़ैनब होके तेरे बूए अगे नंगे सारा ही आबाद रहा कदी ना रोवे इस गम दे सिवा हर सदार मसरूफ इबादत है लख वरी बाप मैं दो मिनट कर दा बार मजलिस तमाम है खुदा तेरे आंसू कबूल फरमाए और तादेर जिक्र राणा है कल भी राणा है कल तू शुरू हुए हो यार तो दुआई कर सकते हैं दुआ लै भी लीए दुआ दे भी दीती है मेरी सैन फरमाया इतों कदम अली दी धी दे उठदा बिल्कुल नहीं उठना चाहिए सज्जाद अगे मैं इंज नहीं जाना इतों अगे अम्मा किवें वैसो फरमाया मैं इत्थे हबीब दी जोजा बुलासा मैं छत हबीब दियां धीयां बुलासा अम्मा क्या मसला ते फरमाया के लिख सी मुअर्रख भैण बिरा दे घर अगों गुजरी ते बिरा दियां धीयां ने भी ना आख सकी तुहाडे बाबा दा अरमान सजा दादे अम्मा तेरे तो ना मारे गए तैन तो किसे नहीं परचाया मेरी सुना दियो जाने मैं गरीब दी भैण आस मेरी गुजर गई है मैं इस बच्चे ने आखसा है अपनी अम्मा बुलासी इमाम फरमाया अम्मा जे बच्चे ने दसी हुई बाबा मर गया ये बच्चा तो मर जा सी मेरी सैन फरमाया मैं किसी का पुत्र औखा बर्दाश्त नहीं कर अपनी मेरी नस्ल मुक गई है मैं बड़े परदे नाल गुजर सा रुख बदरे अली दीदी बीबी आदि लाल नेड़िया मैं तेरी फुफिया आओ करीम खानदान आलिया फरमाया नरवा पहले मैन बाबे भी नहीं मेरा लाल मैन बंदिया डिठाई ना है जदन मेरा पास मारे आबाद रावे आबाद रावे खलीमा कर करौन ले आजादा किसे गम में ना रोवे इस गम ने सिवा कदी आए ना आवी कदी ना रोवे आजादार इस गम दे सिवा इस मातम दे बदले खुदा शाम में खावी आ हाय कर करौन आले आलिया फरमाया जे तू नहीं जानदा जा बाबा बुला बच्चा दे कह दण बीबी मेरा बाबा घर कोई नहीं आलिया फरमाया किदे गया है बच्चा छत को इशारा कर के याद आए ना अगले जंगला दा ना कर बुलाए मेरा बाबा उना जंगले च गया है डेरा ना होवेया सैयद सदर ना पड़ेया मातम करण वाला सैना दिए जंगलां च घर छोड़ के तेरा बाबा क्यों गया है बच्चा दे मेरा पीर जड़ा पुत्र दी बरात लै गया है उन्हें जंगलां च आया है आलिया दिए बरात दी गल है तू रोंदा क्यों है ओ नहीं शिया जड़ा सार प्यारा कर जाए आदा की मैं ना रोवा ओ कल्ला नहीं आया ज़ैनब बना अगर को लाइव सुन रहा है कोई सुनी भाई बैठा है जिनू अजन पता नहीं लगा असा धिया नाल मिट्टी ते बहाने असा नंगे पैर धिया बाजार टोर रहे असा अपनिया दे जनाजिया ते इन्हां नहीं जान दे दे असा आलिया दी चादर ते क्यों ना लाया ने ए गल है जड़ी सन घर नहीं बाण देंदी है सैना दिए जे बाबा कोई ना जा मां बोला बच्चा थोड़ी देर बाद छत आया सैना दिए कल्ला
ਪਰ ਅਮਰਕਾਰ ਮੈਂ ਅਗਲਾ ਵਹਿਣ ਪੜਾ ਜਿਸ ਵਾਸਤੇ ਅਕੀਲ ਸਾਹਿਬ ਮੈਂ ਰੋ ਪਿਆ ਪੜਾ ਵਹਿਣ ਦਾ ਨਾਰਾ ਬੱਚਾ ਫੌਰਨ ਘਰ ਆਇਆ ਆਦਾ ਨਾ ਮਾਂ ਘਰ ਆਈ ਨਾ ਭੈਣਾ ਘਰ ਆਇਆ ਆਦਾ ਮੈਂ ਸਦਰ ਦਰਵਾਜ਼ਾ ਵੇਖਿਆ ਮੇਰੀ ਮਾਂ ਦੇ ਵਾਲ ਖੁੱਲੇ ਹੋਇਆ ਮੇਰੀਆਂ ਭੈਣਾਂ ਦੀ ਚਾਦਰ ਲੱਥੀ ਹੋਇਆ ਸਿੱਧੀਆਂ ਬਾਜ਼ਾਰ ਜਾ ਰਹੀਆਂ ਬੱਚਾ ਦਾ ਮੈਂ ਅੱਗੇ ਆਇਆ ਮੈਂ ਹੱਥ ਜੋੜੇ ਮੈਂ ਆਖਿਆ ਬਾਜ਼ਾਰ ਨਾ ਜਾ ਭਾਵੇਂ ਸ਼ਰਾਬੀਆਂ ਦਾ ਰਸ਼ ਹੈ ਮੇਰੀ ਮਾਂ ਸੱਚੇ ਹੱਥ ਦਾ ਇਸ਼ਾਰਾ ਕੀਤਾ ਹੈ ਆਦੀ ਹੈ ਤੂੰ ਛੱਡ ਦੇ ਗਿਆ ਹੈ ਮੇਰੇ ਵਿਹੜੇ ਲਹਰਾਇਆ ਮੈਨੂੰ ਆਦੀ ਆਈ ਬਾਹਰਾ ਮੇਰੀ ਜ਼ੈਨਬ ਰੋਲ ਗਈਆ ਸੋ ਜੈ ਹਬੀਬ ਹੱਥ ਜੋੜੇ ਆਦੀ ਹੈ ਅੱਲਾ ਦੇ ਨਾਂ ਤੇ ਡਾਸ ਉਹ ਕਿਨ ਗਿਆ ਹੈ ਜਿਹਦੇ ਚੋਲੇ ਸੀ ਕੇ ਰੱਖ ਗਈਆ ਯਾ ਮਾਂ ਮੇਹਨਤ ਕਬੂਲ ਫਰਮਾ ਰਸੂਲ ਅੱਲਾਹ ਮਮੀਨ ਇੱਕ ਬੁਦਾਈ ਨੇ ਇੱਕ ਮੋਮਨ ਦਾ ਬੇਟਾ ਸੋਚੇਗਾ।